ਤੂੰ ਇਹ ਦੱਸ ਪ੍ਰਾਣੇ ਤੇਰੀ ਪਥਰੀ ਕਿਵੇਂ ਆ ਹੁਣ ਪੁੱਛਣਾ ਜਿੱਤਿਆ ਉਹਦਾ ਕੀ ਹੱਥ ਖੜੇ ਕਰਕੇ ਕਹਿੰਦਾ ਜੇ ਇਹ ਸਾਰੀ ਆਪਰੇਸ਼ਨ ਨਾ ਹੋਏ ਨਾ ਫਿਰ ਤਾਂ ਸੇਵਾ ਹੀ ਹੈ ਇਹੋ ਜਿਹਾ ਬੋਲ ਕੇ ਮੂੰਹ ਚੋਂ ਕੱਢਦਾ ਪੁੱਤ ਜਿੱਦੇ ਕਿੰਨੇ ਪੈਸੇ ਲੱਗਣੇ ਆਪਰੇਸ਼ਨ ਤੇ ਕੋਈ ਜ਼ਿਆਦਾ ਨਹੀਂ ਆਹੀ ਕੋਈ 50000 ਰੁਪਇਆ ਚੱਲ ਕੋਈ ਨਹੀਂ ਪੁੱਤ ਤੂੰ ਕਰਾ ਲੈ ਆਪਰੇਸ਼ਨ ਅਸੀਂ ਹੈਗੇ ਆ ਹੈਗੇ ਤੂੰ ਕੀ ਮਤਲਬ ਕੋਈ ਨਾ ਵੀਰੇ ਆਪਾਂ ਕਰਵਾ ਦਾਂਗੇ ਆਪਰੇਸ਼ਨ यार तुसी हद कर दियो अपा लोने में पथरी कटाउनु लिया है कोई ना जीतया तू कोठी चलवाला पत्थर ओ जरूरी है मेरी पथरी रखी है जिन्ने साल लिखे ओने सही पाई पुत माड़ी पाठ है नहीं बोली दी जीते की फर्क पेंदा पुत 8 साल हो गए कुड़ी ब्याही नु इना बेचारिया ने कदी नहीं सड़े तो कुछ मंगया ले वीरे तेरा मना कर दो अपा दे दांगे 50000 मेनू पता केड़े हाल ही लेना मैनेजर तो लोन कराया मैं नहीं गल्ला जानदा जे कल तक सीट ना लगी ना जेडे 2.5 किले है बेदखल कर दूं फिर पता लगूगा बापू दा सुभा के हो जा ओ हजे नहीं मिलनी खड़दा चीफ गेस्ट नु तां दे यार कदों पे आऊंगे जदों दुख खट्टा हो जाएगा ए 2 घंटे तो फांसी मिल लेनु क्या ड्रामा यार ए जदों तक चीफ गेस्ट साहब नहीं आंदे ए ड्रामे चलणगे तू समझ शबील लगी होई नहीं दूध पीना तै आ छक 20 रुपए हैं बाजारों जाके पी ला यार असी मंगते हो मेनू एड्रेस दे जा डोलू भर के तेरे घरे दे दूं पर राजा नहीं मिलनी चीफ गेस्ट साहब आ गए मैडम आज शबील तैयार है चलो भाजी मैं नहीं पीनी भाजी लंगर च केड़ी केड़ी आइटम है जी दाल फुल्का तैयार है जे कुछ बाहरों मंगाना तो मंगा लेने चलोगे पहले 2 मिनट छक के चलते मेरे तो वैसे भी डूब गया आज जी मिन्नत वाली गल है बिल्कुल जी दयाल सिंह पैसे बेशक लग गए पर घर का संद बन गया बापू तेरा तो संद बन गया मेरी तो चीज कढ़ाती ना इन्हें तेरा सिंहासन करदे करदे 15000 च पै जाना जी हिसाब लाइए गल सुन ओए 30 साल हो गए मेरी पेंशन चो अड्डा खड़ा नहीं सुटना बरादर मिस्त्री किथे है नहीं बंदा होर बुलावा आ गया चीता भाई ये किसके लिए लाए हो यार ओए तेरा प्यो बैठा तेरी सीधा नहीं जे समझ आई है ना फिट कर नहीं होर मिस्त्री सदगे क्यों इतने पैसे खर्च कर रहे हो जीता भाई इस उम्र में दादाजी बीच में करने वाले हैं आप इनको सूट पर करवा रहे हो तेरा से फाड़ दूं कितने तो दिला के देंदा है चार बार देखिए दादाजी काम मैं इज्जत से करता हूँ सारा इज्जत आरा वो इज्जत नु तोड़ रीमन कटा लिए था चक के फिट कर दी यार ठीक है पहले इनको उठा और सीट को मेरे पास ला अपा कड़ा लोका को कैश्ता दे चीजा चकी दिया कैश लेके आई दा कैश आंड गवांड च कह दी किसे दे गोडे गट्टे दुखदे होण कदों मर्जी इस्तेमाल कर सकदा शर्त ए है बैठना आना चाहिए कोई नहीं पता स्कूटर तो जुड़ गया जुड़ने नहीं
ਤੁਹਾਡੇ ਵਾਸਤੇ ਵਿਆਹ ਲਈ ਮੁੰਡਾ ਦੇਖਿਆ। ਤੁਹਾਡਾ ਵਿਆਹ ਕਰਾ ਕੇ ਮੈਨੂੰ ਵੀ ਫਾਇਦਾ ਹੋ ਜੂ। ਤੁਸੀਂ ਕਿਉਂ ਦੇਖੋਗੇ? ਮੇਰੇ ਘਰ ਦੇ ਦੇਖਣਗੇ ਮੇਰੇ ਲਈ ਮੁੰਡਾ। ਪਹਿਲਾਂ ਕੁੜੀ ਨੂੰ ਤਾਂ ਪਸੰਦ ਆ ਜਾਵੇ, ਫਿਰ ਘਰਦਿਆਂ ਨੂੰ ਵੀ ਵਿਖਾ ਲਾਂਗੇ। ਆਹ ਦੇਖੋ, ਕੰਪਨੀ ਤੁਹਾਡੀ ਸਮਾਰਟ ਆ ਪਰ ਤੁਸੀਂ ਉਹ ਸਮਾਰਟ ਹੋ। ਥੈਂਕ ਯੂ ਜੀ, ਪਰ ਮੁੰਡੇ ਬਾਰੇ ਦੱਸੋ ਕੀ ਵਿਚਾਰ ਆ? ਓਹੋ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਘੁੰਮ ਘੁਮਾ ਕੇ ਤੁਸੀਂ ਵਿਆਹ ਤੇ ਕਿਉਂ ਅਟਕ ਜਾਂਦੀ ਆ? ਉਧਰੋਂ ਮੇਰੇ ਘਰ ਦੇ ਪਿੱਛੇ ਪਏ ਹੋਏ ਆ, ਵਿਆਹ ਵਿਆਹ ਵਿਆਹ, ਹੁਣ ਤੁਸੀਂ ਪਿੱਛੇ ਪੈ ਜਾਓ। ਨਾਲੇ ਮੈਂ ਵਿਆਹ ਆਪਣੇ ਵੀਰੇ ਦੀ ਮਰਜ਼ੀ ਨਾਲ ਕਰਾਉਣਾ। ਜਦੋਂ ਦੇਖੋ ਵੀਰਾ ਵੀਰਾ ਕਰਦੀ ਰਹਿੰਦੀ ਆ। ਕੀ ਗੱਲ, ਡੈਡੀ ਦੀ ਨੀ ਚੱਲਦੀ? ਕਿਉਂ? ਚਾਹ ਪੀਓ, ਚਾਹ ਠੰਡੀ ਹੋ ਜਾਣੀ ਆ। ਇਹਦਾ ਡੈਡੀ ਪਿਆਰ ਪਿਓਰ ਨਹੀਂ ਕਰਦੇ ਫਿਰ। ਬਹੁਤ ਪਿਆਰ ਕਰਦੇ ਸੀ। ਇੱਕ ਮਿੰਟ ਨਹੀਂ ਸੀ ਰਹਿੰਦੇ ਮੇਰੇ ਬਿਨਾ, ਮੈਂ ਵੀ ਨਹੀਂ ਸੀ ਰਹਿੰਦੀ ਉਹਨਾਂ ਬਿਨਾ। ਪਰ ਅੱਜ 20 ਸਾਲ ਹੋ ਗਏ ਨਾ ਤੁਹਾਨੂੰ। ਸੋਰੀ, ਮੈਨੂੰ ਸੱਚੀ ਨਹੀਂ ਪਤਾ ਲੱਗਦਾ ਬੋਲਣ ਦਾ, ਤਾਂਹੀਓ ਸਾਰੇ ਮੈਨੂੰ ਭੌਂਕਾ ਭੌਂਕਾ ਕਹਿੰਦੇ ਆ। ਮੇਰਾ ਤਾਂ ਕੋਈ ਕਲਾਇੰਟ ਮੈਨੂੰ ਆ ਕੇ ਮਿਲ ਜੇ, ਦੂਜੀ ਮੀਟਿੰਗ ਜੋ ਮੈਨੂੰ ਬਲੌਕ ਕਰ ਦਿੰਦਾ। ਸਮਾਰਟ ਸਟੱਡੀ, ਤੁਸੀਂ ਮੈਨੂੰ ਸੱਚ ਸੱਚ ਦੱਸੋ, ਤੁਹਾਡੀ ਕੰਪਨੀ ਕਰਦੀ ਕੀ ਕੀ ਆ? ਸਾਡੀ ਕੰਪਨੀ ਬੱਚਿਆਂ ਨੂੰ ਸਟੱਡੀ ਵੀਜ਼ਾ ਤੇ ਬਾਹਰ ਵੀ ਭੇਜਦੀ ਆ। ਜਾਣਾ ਤੁਸੀਂ? ਹੋਰ ਫਿਰ ਚਲਦੀ ਤੇਰੀ ਨੌਕਰੀ? ਬਹੁਤ ਵਧੀਆ ਭੈਣੇ, ਪਤਾ ਮੈਂ ਅਗਲੇ ਸਾਲ ਪੱਕੀ ਹੋ ਜਾਣਾ, ਨਾਲੇ ਮੇਰੀ ਤਨਖਾਹ ਵੀ ਦੁੱਗਣੀ ਹੋ ਜਾਣੀ ਆ। ਕੋਈ ਲੋੜ ਨੀ ਨੌਕਰੀ ਕਰਨ ਦੀ, ਨਿਊਜ਼ੀਲੈਂਡ ਤੋਂ ਮੁੰਡਾ ਵੇਖਿਆ ਤੇਰੇ ਵਾਸਤੇ, ਅਗਲੇ ਦਿਨ ਤੇਰੀ ਫੋਟੋ ਵੇਖ ਕੇ ਆਪ ਰਿਸ਼ਤਾ ਮੰਗਿਆ। ਲੈ, ਮੈਂ ਨੀ ਜਾਣਾ ਨਿਊਜ਼ੀਲੈਂਡ, ਆਪਾਂ ਇੱਥੇ ਇੱਕ ਮੁੰਡਾ ਦੇਖ ਲਾਂਗੇ। ਐਡਾ ਕੌਨਫੀਡੈਂਸ! ਓਹੋ, ਮੇਰਾ ਮਤਲਬ ਇੱਥੇ ਇੱਕ ਮੁੰਡਾ ਦੇਖ ਲਾਂਗੇ ਪੜ੍ਹੇ ਲਿਖਿਆ। ਜਿਵੇਂ ਜਾਣਦੀ ਨੀ ਤੈਨੂੰ ਮੈਂ, ਮੁੰਡਾ ਕੌਣ ਆ? ਲੈ, ਕੌਣ ਹੋਣਾ, ਕੋਈ ਨੀ ਆ। ਚੱਲ ਦੱਸ ਦੇ। ਕੋਈ ਨੀ, ਤੂੰ ਤਾਂ ਹੋਰ ਹੀ ਗੱਲਾਂ ਕਰਦੀ ਰਹਿੰਦੀ ਆ। ਦੱਸ। ਲੈ ਦੱਸ। ਦੱਸ ਕੀ ਦੱਸਾਂ? ਦੱਸ ਦੇ, ਵੱਡੀ ਭੈਣ। ਚੱਲ ਮੈਂ ਕਰਦੀ ਚੁੱਕਣ ਗੱਲ। ਵੀਰੇ, ਮੇਰੇ ਨਾਲ ਬੜੀ ਇੱਛਾ ਸੀ ਵੀ ਗੁਰਨੂਰ ਦਾ ਇੱਕ ਜਨਮ ਦਿਨ ਆਪਾਂ ਇੱਥੇ ਮਨਾਈਏ। 7 ਸਾਲ ਦਾ ਹੋ ਗਿਆ ਗੁਰਨੂਰ, ਇੱਕ ਜਨਮ ਦਿਨ ਨਾਨਕੇ ਨੀ ਮਨਾਇਆ, ਨਾਲੇ ਮੇਰੇ ਸਹੁਰੇ ਖੁਸ਼ ਹੋ ਜਾਣਗੇ। ਮੈਂ ਕਹਿੰਦਾ ਸੀ ਆਪਾਂ ਅਗਲੇ ਸਾਲ ਨਵੇਂ ਘਰ ਚ ਮਨਾ ਲੈਂਦੇ, ਨਾਲੇ ਕਰਨ ਥੋੜਾ ਜਿਹਾ ਹੋਰ ਵੱਡਾ ਹੋ ਜਾਊਗਾ। ਹੁਣ ਕੀ ਆ, ਹੁਣ ਤਾਂ ਰੱਬ ਨੇ ਸਮਾਂ ਤੇਰੀ ਸੁਣੀ ਵੀ ਆ, 2 ਛਿੱਲੜ ਵੀ ਆ ਤੇਰੇ ਕੋਲ, ਹੈਨਾ? ਚੰਨੀ ਭੈਣ, ਆਪਾਂ ਕਰਜ਼ਾ ਇਹੋ ਜਿਹੇ ਕੰਮਾਂ ਨੂੰ ਥੋੜੀ ਲਿਆ ਸੀ ਵੀ ਆਪਾਂ ਬਰਥਡੇ ਕੇਕ ਕੱਟੀਏ ਜਾਂ ਹੋਰ ਖਰਚੇ ਕਰੀਏ। ਤੁਸੀਂ ਆਪ ਸਾਰੇ ਸਿਆਣੇ ਹੋ, ਕਦੇ ਕੋਈ ਫਰਮਾਇਸ਼ ਰੱਖ ਦਿੰਦਾ, ਕਦੇ ਕੋਈ ਰੱਖ ਦਿੰਦਾ। ਲੈ ਵੀਰੇ, ਮੈਂ ਤੇ ਅੱਜ ਤੱਕ ਕੁਛ ਮੰਗਿਆ ਵੀ ਨਹੀਂ, ਮੈਂ ਤਾਂ ਡਰਦੀ ਮਰੀ ਪੇਕੇ ਵੀ ਨੀ ਆਉਂਦੀ ਰੱਖੜੀਆਂ ਤੇ ਕਿ ਤੁਹਾਨੂੰ ਕੁਛ ਦੇਣਾ ਨਾ ਪੈ ਜੇ। ਚੱਲ ਕੋਈ ਗੱਲ ਨੀ, ਜਿਵੇਂ ਤੇਰੀ ਖੁਸ਼ੀ। ਪਤ ਕਿੰਨੇ ਕੁ ਪੈਸੇ ਲੱਗ ਜਾਣਗੇ? 1500 ਦੀ ਮਠਿਆਈ ਆ ਜਾਓ, ਲੋਕ ਸ਼ਗਨ ਵੀ ਤਾਂ ਦੇਣਗੇ, ਇੰਨੇ ਕੁ ਪੈਸੇ ਤਾਂ ਉਦੇ ਪੂਰੇ ਹੋ ਜਾਣੇ ਆ। ਕੋਈ ਨਾ ਵੀਰੇ, ਮੇਰੇ ਕੋਲ ਵੀ ਥੋੜੇ ਬਹੁਤ ਜੁੜੇ ਹੋਏ ਆ, ਮੈਂ ਵੀ ਦੇ ਦੂ। ਤੇਰੇ ਕੋਲ ਬਾਲੇ ਪੈਸੇ? ਚੱਲ ਕੋਈ ਨਾ, ਦੇਖ ਲੋ ਫਿਰ ਜਿਵੇਂ ਠੀਕ ਲੱਗਦਾ। ਵੈਰੀ ਇੰਟੈਲੀਜੈਂਟ, ਨਮਸਕਾਰ।